ਸਿਆਸਤ ਵਿੱਚ ਕੀਤੀ ਇੱਕ ਗਲਤੀ ਦਾ ਖਾਮਿਆਜ਼ਾ ਪਾਰਟੀ ਨੂੰ ਭੁਗਤਣਾ ਪੈਂਦਾ ਅਤੇ ਸ਼ਾਇਦ ਆਮ ਆਦਮੀ ਪਾਰਟੀ ਦੇ ਨਾਲ ਵੀ ਕੁਝ ਅਜਿਹਾ ਹੀ ਹੋ ਰਿਹਾ। ਪੰਜਾਬ ਵਿੱਚ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦੇ ਮਾਫ਼ੀਨਾਮੇ ਦੀ ਲਪੇਟ ਵਿੱਚ ਆ ਗਈ ਹੈ। ਹੁਣ ਆਮ ਆਦਮੀ ਪਾਰਟੀ ਪੰਜਾਬ ਦੇ ਜੁਆਇੰਟ ਸਕੱਤਰ ਦਿਲਬਾਗ ਸਿੰਘ ਨੇ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰ ਲਿਆ। ਉਹਨਾਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਵਿਜੇ ਸਾਂਪਲਾ ਦੀ ਮੌਜੂਦਗੀ 'ਚ ਬੀਜੇਪੀ 'ਚ ਐਂਟਰੀ ਮਾਰੀ। ਦਿਲਬਾਗ ਸਿੰਘ ਦੀ ਆਮਦ ਤੋਂ ਬਾਅਦ ਸਾਂਪਲਾ ਨੇ ਜਿੱਥੇ ਬੀਜੇਪੀ ਦਾ ਗੁਣਗਾਨ ਕੀਤਾ, ਉੱਥੇ ਹੀ ਆਮ ਆਦਮੀ ਪਾਰਟੀ ਦੀ ਸਿਆਸਤ ਦੇ ਤਰੀਕੇ ਦੀ ਆਲੋਚਨਾ ਕੀਤੀ। ਸਿੱਧੂ ਜੀ ਜਿਹੜੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਜੁਆਇੰਟ ਸੈਕਟਰੀ ਸੀ ਔਰ ਉਹ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਔਰ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੇ ਵਿਪਰੀਤ ਕੰਮ ਕਰਨਾ, ਬਿਨਾਂ ਕਿਸੇ ਸਿਧਾਂਤ ਔਰ ਬਿਨਾਂ ਵਿਚਾਰਧਾਰਾ ਦੀ ਪਾਰਟੀ ਤੋਂ ਅੱਕ ਕੇ ਥੱਕ ਕੇ ਉਹਨਾਂ ਨੇ ਅੱਜ ਭਾਰਤੀ ਜਨਤਾ ਪਾਰਟੀ ਦੀਆਂ ਉਸਾਰੂ ਨੀਤੀਆਂ ਨੂੰ ਦੇਖਦੇ ਹੋਏ ਅੱਜ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ। ਮੈਂ ਦਿਲਬਾਗ ਸਿੰਘ ਸਿੱਧੂ ਜੀ ਦਾ ਇੱਥੇ ਵੈਲਕਮ ਕਰਦਾ। ਉਹਨਾਂ ਦੇ ਨਾਲ ਬਖਸ਼ੀਸ਼ ਸਿੰਘ ਜੀ, ਇੰਸਪੈਕਟਰ ਸਾਹਿਬ, ਰਿਟਾਇਰਡ ਇੰਸਪੈਕਟਰ ਸਾਹਿਬ ਗੁਰਦੇਵ ਸਿੰਘ ਜੀ ਅਤੇ ਚਰਨਜੀਤ ਸਿੰਘ ਜੀ ਵੀ ਆਏ ਨੇ। ਮੈਂ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣ 'ਤੇ ਉਹਨਾਂ ਨੂੰ ਧੰਨਵਾਦ ਵੀ ਕਰਦਾ ਅਤੇ ਜੀ ਆਇਆਂ ਵੀ ਕਹਿੰਦਾ। ਰਾਜਨੀਤੀ ਵਿੱਚ ਦਲ ਬਦਲੂਆਂ ਦੀ ਫਹਿਰਿਸਤ 'ਚ ਇਜ਼ਾਫਾ ਹੁੰਦਾ ਜਾ ਰਿਹਾ ਅਤੇ ਕਿਸੇ ਸੁਹਿਰਦ ਸਮਾਜ ਲਈ ਇਹ ਕੋਈ ਚੰਗੀ ਗੱਲ ਨਹੀਂ ਆਖੀ ਜਾ ਸਕਦੀ। ਆਮ ਆਦਮੀ ਪਾਰਟੀ 'ਚ ਹੁੰਦੇ ਹੋਏ ਦਿਲਬਾਗ ਸਿੰਘ ਨੇ ਜਿਸ ਭਾਜਪਾ ਦੇ ਖਿਲਾਫ਼ ਬੋਲ ਕਬੋਲ ਬੋਲੇ ਸਨ, ਉਸੇ ਦੇ ਨਾਲ ਘਿਓ ਖਿਚੜੀ ਹੁੰਦਿਆਂ ਉਹਨਾਂ ਬਹੁਤੀ ਦੇਰ ਨਹੀਂ ਲਾਈ। ਇਹ ਉਹਨਾਂ ਲੋਕਾਂ ਲਈ ਚੰਗਾ ਸਬਕ ਹੈ ਜਿਨ੍ਹਾਂ ਨੇ ਸਿਆਸੀ ਬੰਦੇ 'ਤੇ ਲੋੜੋਂ ਵੱਧ ਭਰੋਸਾ ਕੀਤਾ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।